ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਰਚ ਆਪਰੇਸ਼ਨ ਜਾਰੀ ਹੈ, ਇੱਕ ਆਰਡੀਨੈਂਸ ਸਰਚ ਆਪਰੇਸ਼ਨ ਜਾਰੀ ਹੈ। ਸੋਹਾਣਾ ਦੇ ਵਿੱਚ ਇੱਕ ਇਨਫੋਰਮੇਸ਼ਨ ਸੀ ਕਿ ਸੋਹਾਣਾ ਦੇ ਬਿਲਕੁਲ ਬੈਕ ਸਾਈਡ ਤੇ ਜਿਹੜੀ ਝੁੱਗੀਆਂ ਜਿਹੜੇ ਇਲੀਗਲ ਸ਼ੈੱਡ ਬਣੇ ਹੋਏ ਨੇ, ਉੱਥੇ ਕੁਝ ਬੈਡ ਅਨਸਰ ਨਸ਼ਾ ਕਰਦੇ ਐ ਔਰ ਇਲੀਗਲ ਸ਼ੈੱਡ ਲਾ ਕੇ ਉੱਥੇ ਰਹਿ ਰਹੇ। ਹਾਲਾਂਕਿ ਉੱਥੇ ਸਸਪੈਕਟ ਜਿਹੜੇ ਹੈ ਉਹ ਵੀ ਲੋਕ ਮਿਲ ਸਕਦੇ, ਇਸ ਕਰਕੇ ਪੁਲਿਸ ਨੇ ਪੂਰਾ ਉੱਥੇ ਘੇਰਾ ਪਾਇਆ, ਚੈਕਿੰਗ ਕੀਤੀ। ਹਾਲਾਂਕਿ ਕਈ ਲੋਕਾਂ ਨੂੰ ਰਾਊਂਡ ਅਪ ਕੀਤਾ, ਜਿਹੜੇ ਕਈ ਲੋਕ ਉੱਥੇ ਨਸ਼ਾ ਵੀ ਕਰ ਰਹੇ ਸੀਗੇ ਉਹਨਾਂ ਨੂੰ ਵੀ ਰਾਊਂਡ ਅਪ ਕੀਤਾ, ਕਈ ਗੱਡੀਆਂ ਜਿਹੜੀ ਵਿਦਆਊਟ ਨੰਬਰ ਪਲੇਟ ਮੋਟਰਸਾਈਕਲ ਸੀ ਉਹਨਾਂ ਨੂੰ ਵੀ ਇੰਪਾਊਂਡ ਕੀਤਾ ਗਿਆ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਮੁਤਾਬਿਕ ਲਗਾਤਾਰ ਸਰਚ ਆਪਰੇਸ਼ਨ, ਲਗਾਤਾਰ ਰੇਡਸ ਜਾਰੀ ਹੈ ਔਰ ਜਿੱਥੇ ਜਿੱਥੇ ਇਨਫੋਰਮੇਸ਼ਨ ਮਿਲ ਰਹੀ ਹੈ ਉੱਥੇ ਜਾ ਕੇ ਲਗਾਤਾਰ ਰੇਡ ਜਾਰੀ ਹੈ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ DGP ਦੀ ਹਿਦਾਇਤਾਂ ਤੋਂ ਬਾਅਦ ਵੱਖ ਵੱਖ ਜ਼ਿਲ੍ਹਿਆਂ 'ਚ ਕੋਆਰਡੀਨੈਂਸ ਸਰਚ ਆਪਰੇਸ਼ਨ ਔਰ ਜਿਹੜੇ ਹੌਟਸਪੌਟ ਆਈਡੈਂਟੀਫਾਈ ਕੀਤੇ ਹੋਏ ਨੇ ਜਿੱਥੇ ਪਹਿਲਾਂ ਫੜੇ ਗਏ ਨੇ ਜਾਂ ਫਿਰ ਹੋਰ ਰਿਕਵਰੀਜ਼ ਕੀਤੀ ਗਈ ਹੈ ਉਹਨਾਂ ਨੂੰ ਸਾਰਿਆਂ ਨੂੰ ਆਈਡੈਂਟੀਫਾਈ ਕਰਨ ਤੋਂ ਬਾਅਦ ਰੇਡ ਜਾਰੀ ਹੈ। ਸੋਹਾਣਾ ਦੀ ਇਹ ਤਸਵੀਰਾਂ ਨੇ ਜਿੱਥੇ ਸੀਨੀਅਰ ਆਫਿਸਰ DSP ਹਰਸਿਮਰਨ ਸਿੰਘ ਬਲ, SHO 8, SHO 11, SHO ਸੋਹਾਣਾ ਵੱਲੋਂ ਰੇਡ ਕੀਤੀ ਗਈ ਪੁਲਿਸ ਟੀਮ ਦੇ ਨਾਲ, ਤੇ ਉੱਥੇ ਕੁਝ ਸਸਪੈਕਟ ਜਿਹੜੇ ਹੈਗੇ ਉਹਨਾਂ ਨੂੰ ਵੀ ਕਾਬੂ ਕੀਤਾ ਗਿਆ, ਉਹਨਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਦੇ ਵਿੱਚ ਕਈਆਂ ਤੋਂ ਇੰਜੈਕਸ਼ਨ ਵੀ ਰਿਕਵਰ ਕੀਤੇ ਗਏ ਨੇ, ਇੰਜੈਕਸ਼ਨ ਜਿਹੜਾ ਹੈਗਾ, ਟੀਕੇ ਜਿਹੜੇ ਲਾ ਰਹੇ ਸੀਗੇ ਉਹ ਵੀ ਰਿਕਵਰ ਕੀਤਾ ਗਿਆ ਨੇ। ਹੁਣ ਨਸ਼ੇ ਨੂੰ ਲੈ ਕੇ ਕਿੱਥੇ ਕਿੱਥੇ ਇਹ ਛੁੱਪਦੇ ਨੇ, ਕਿਤੇ ਕਿਤੇ ਲੁਕਦੇ ਨੇ, ਕਿੱਥੇ ਕਿੱਥੇ ਇਹ ਲਾਉਂਦੇ ਨੇ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਵੈਰੀਫਿਕੇਸ਼ਨ ਕਰਦੀ ਨਜ਼ਰ ਆ ਰਹੀ ਹੈ। ਮੋਹਾਲੀ ਤੋਂ ਕੈਮਰਾਮੈਨ ਸਨਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼18 ਪੰਜਾਬ। ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਦੇ ਮੁੱਦੇ ਨੂੰ ਲੈ ਕੇ ਸਰਚ ਆਪਰੇਸ਼ਨ ਜਾਰੀ ਹੈ, ਕੋਆਰਡੀਨੈਂਸ ਸਰਚ ਆਪਰੇਸ਼ਨ ਜਾਰੀ ਹੈ। ਸੋਹਾਣਾ ਦੇ ਵਿੱਚ ਇੱਕ ਇਨਫੋਰਮੇਸ਼ਨ ਸੀ ਕਿ ਸੋਹਾਣਾ ਦੇ ਬਿਲਕੁਲ ਬੈਕ ਸਾਈਡ ਤੇ ਜਿਹੜੀ ਝੁੱਗੀਆਂ ਜਿਹੜੇ ਇਲੀਗਲ ਸ਼ੈੱਡ ਬਣੇ ਹੋਏ ਨੇ, ਉੱਥੇ ਕੁਝ ਬੈਡ ਅਨਸਰ ਨਸ਼ਾ ਕਰਦੇ ਐ ਔਰ ਇਲੀਗਲ ਸ਼ੈੱਡ ਲਾ ਕੇ ਉੱਥੇ ਰਹਿ ਰਹੇ। ਹਾਲਾਂਕਿ ਉੱਥੇ ਸਸਪੈਕਟ ਜਿਹੜੇ ਹੈ ਉਹ ਵੀ ਲੋਕ ਮਿਲ ਸਕਦੇ, ਇਸ ਕਰਕੇ ਪੁਲਿਸ ਨੇ ਪੂਰਾ ਉੱਥੇ ਘੇਰਾ ਪਾਇਆ, ਚੈਕਿੰਗ ਕੀਤੀ। ਹਾਲਾਂਕਿ ਕਈ ਲੋਕਾਂ ਨੂੰ ਰਾਊਂਡ ਅਪ ਕੀਤਾ, ਜਿਹੜੇ ਕਈ ਲੋਕ ਉੱਥੇ ਨਸ਼ਾ ਵੀ ਕਰ ਰਹੇ ਸੀਗੇ ਉਹਨਾਂ ਨੂੰ ਵੀ ਰਾਊਂਡ ਅਪ ਕੀਤਾ, ਕਈ ਗੱਡੀਆਂ ਜਿਹੜੀ ਵਿਦਆਊਟ ਨੰਬਰ ਪਲੇਟ ਮੋਟਰਸਾਈਕਲ ਸੀ ਉਹਨਾਂ ਨੂੰ ਵੀ ਇੰਪਾਊਂਡ ਕੀਤਾ ਗਿਆ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਮੁਤਾਬਿਕ ਲਗਾਤਾਰ ਸਰਚ ਆਪਰੇਸ਼ਨ, ਲਗਾਤਾਰ ਰੇਡਸ ਜਾਰੀ ਹੈ ਔਰ ਜਿੱਥੇ ਜਿੱਥੇ ਇਨਫੋਰਮੇਸ਼ਨ ਮਿਲ ਰਹੀ ਹੈ ਉੱਥੇ ਜਾ ਕੇ ਲਗਾਤਾਰ ਰੇਡ ਜਾਰੀ ਹੈ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ DGP ਦੀ ਹਿਦਾਇਤਾਂ ਤੋਂ ਬਾਅਦ ਵੱਖ ਵੱਖ ਜ਼ਿਲ੍ਹਿਆਂ 'ਚ ਕੋਆਰਡੀਨੈਂਸ ਸਰਚ ਆਪਰੇਸ਼ਨ ਔਰ ਜਿਹੜੇ ਹੌਟਸਪੌਟ ਆਈਡੈਂਟੀਫਾਈ ਕੀਤੇ ਹੋਏ ਨੇ ਜਿੱਥੇ ਪਹਿਲਾਂ ਫੜੇ ਗਏ ਨੇ ਜਾਂ ਫਿਰ ਹੋਰ ਰਿਕਵਰੀਜ਼ ਕੀਤੀ ਗਈ ਹੈ ਉਹਨਾਂ ਨੂੰ ਸਾਰਿਆਂ ਨੂੰ ਆਈਡੈਂਟੀਫਾਈ ਕਰਨ ਤੋਂ ਬਾਅਦ ਰੇਡ ਜਾਰੀ ਹੈ। ਸੋਹਾਣਾ ਦੀ ਇਹ ਤਸਵੀਰਾਂ ਨੇ ਜਿੱਥੇ ਸੀਨੀਅਰ ਆਫਿਸਰ DSP ਹਰਸਿਮਰਨ ਸਿੰਘ ਬਲ, SHO 8, SHO 11, SHO ਸੋਹਾਣਾ ਵੱਲੋਂ ਰੇਡ ਕੀਤੀ ਗਈ ਪੁਲਿਸ ਟੀਮ ਦੇ ਨਾਲ, ਤੇ ਉੱਥੇ ਕੁਝ ਸਸਪੈਕਟ ਜਿਹੜੇ ਹੈਗੇ ਉਹਨਾਂ ਨੂੰ ਵੀ ਕਾਬੂ ਕੀਤਾ ਗਿਆ, ਉਹਨਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਦੇ ਵਿੱਚ ਕਈਆਂ ਤੋਂ ਇੰਜੈਕਸ਼ਨ ਵੀ ਰਿਕਵਰ ਕੀਤੇ ਗਏ ਨੇ, ਇੰਜੈਕਸ਼ਨ ਜਿਹੜਾ ਹੈਗਾ, ਟੀਕੇ ਜਿਹੜੇ ਲਾ ਰਹੇ ਸੀਗੇ ਉਹ ਵੀ ਰਿਕਵਰ ਕੀਤਾ ਗਿਆ ਨੇ। ਹੁਣ ਨਸ਼ੇ ਨੂੰ ਲੈ ਕੇ ਕਿੱਥੇ ਕਿੱਥੇ ਇਹ ਛੁੱਪਦੇ ਨੇ, ਕਿਤੇ ਕਿਤੇ ਲੁਕਦੇ ਨੇ, ਕਿੱਥੇ ਕਿਤੇ ਇਹ ਲਾਉਂਦੇ ਨੇ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਵੈਰੀਫਿਕੇਸ਼ਨ ਕਰਦੀ ਨਜ਼ਰ ਆ ਰਹੀ ਹੈ। ਮੋਹਾਲੀ ਤੋਂ ਕੈਮਰਾਮੈਨ ਸਨਪ੍ਰੀਤ ਸਿੰਘ ਨਾਲ ਮਨੋਜ ਰਾਠੀ, ਨਿਊਜ਼18 ਪੰਜਾਬ।